जिदे विच असीं टोटल जिहड़े 3 दे विच दोषी नॉमिनेट होए आ इहनां दा जिहड़ा आपां पोस्टमार्टम लै रहे हां पोस्टमार्टम दे विच आपां होर इहनां तों पुछगिछ करांगे वी पहला इहनां ने किन्ना चोरी दा समान खरीदिया किहड़े किहड़े बंदिआं तों खरीदिया उहनां नूं किस तरीके नाल पकड़ांगे। ये जिहड़े कई दिन दा चोरां वाला मुद्दा चल रिहा जी ते ये तुसीं चोर फड़े सी हुण इहदे च नवीं अपडेट की आ उह दस्सो जी। अपडेट इदा है जी, पहला मैं तुहानू दस दवा एक भरथले हरमेश लाल इन्हां दी बिल्डिंग की दुकान है पिछे बीती दिन उन्होंने बिल्डिंग की दुकान के कई टन जिहड़ा इहदा लोहा स्क्रैप जिहड़ा चोरी हो गया सी जिहदे विच असीं टोटल जिहड़े 3 इहदे विच दोषी नॉमीनेट होए आ गुरनाम एरियस लड्डू ये चालां दा है जी, गुरप्रीत पीता ये चालां दा है जी, रवि ये जिहड़ा हैगा पनाम थाना गढ़शंकर दे जी। ਇਹਦੇ ਵਿੱਚ ਆਪਾਂ ਜਿਹੜੇ ਦੋ ਦੋਸ਼ੀ ਗ੍ਰਿਫਤਾਰ ਕਰਨੇ ਆ ਜੀ ਗੁਰਨਾਮ ਏਰੀਅਸ ਲੱਡੂ ਰਵੀ ਜਿਹੜਾ ਹੈਗਾ ਪਨਾਮ ਦਾ ਇਹ ਦੋਨੋਂ ਦੋਸ਼ੀ ਗ੍ਰਿਫਤਾਰ ਕਰਨੇ ਆ ਜੀ। ਇਹਨਾਂ ਦੀ ਪੁੱਛਗਿੱਛ ਦੇ ਵਿੱਚ ਜਿਹੜੇ ਸਾਡੇ ਕੋਲ ਤਿੰਨ ਕਵਾੜੀਆਂ ਦੇ ਨਾਮ ਆਏ ਆ। ਜਦੋਂ ਇਹਨਾਂ ਨੇ ਇਹ ਲੋਹਾ ਚੋਰੀ ਕੀਤਾ ਤਾਂ ਅੱਗੇ ਜਿਹੜੇ ਕਵਾੜੀਏ ਹੈ ਇੱਕ ਗੁੱਡੂ ਹੈ ਜੀ ਇਹ ਹੈਗਾ ਰੈਲ ਮਾਜਰੇ ਦਾ ਕਵਾੜੀਆ ਕਾਫੀ ਨਵੀਂ ਕਵਾੜੀਆ ਹੈ। ਇੱਕ ਸੁਰਿੰਦਰ ਹੈਗਾ ਜੀ ਇਹ ਹੈਗਾ ਟੌਂਸੇ ਦਾ। ਇੱਕ ਹੈਗਾ ਜੀ ਰਾਜੂ ਚਾਲਾ ਇਹਨਾਂ ਦੇ ਫਰਦਿੰਗ ਸ਼ਾਪ 'ਤੇ ਤਿੰਨੇ ਕਬਾੜੀਏ ਜਿਹੜੇ ਨੋਮੀਨੇਟ ਕੀਤੇ ਗਏ ਸੀ ਜਿਹਦੇ ਵਿੱਚੋਂ ਦੋ ਕਬਾੜੀਏ ਜਿਹੜੇ ਜਿਨ੍ਹਾਂ ਨੂੰ ਇਹਨਾਂ ਨੇ ਸਕਰੈਪ ਦਿੱਤਾ ਤਿੰਨਾਂ ਨੂੰ ਸੀ ਜਿਹਦੇ ਵਿੱਚੋਂ ਦੋ ਕਬਾੜੀਏ ਗੁੱਡੂ ਅਤੇ ਸੁਰਿੰਦਰ ਆਪਾਂ ਇਹ ਦੋਨੋਂ ਜਿਹੜੇ ਗ੍ਰਿਫਤਾਰ ਕਰ ਲਏ ਆ ਜੀ। ਨਵਾਂ ਇਹਦੇ ਵਿੱਚ ਇੱਕ ਜਿਹੜਾ ਦੂਜਾ ਦੋਸ਼ੀ ਹੈ ਰਵੀ ਸਨ ਆਫ ਸੈਂਡੀ ਇਹ ਹੈਗਾ ਪਨਾਮ ਦਾ ਇੱਕ ਜਿਹੜਾ ਆਪਾਂ ਇਹਨੂੰ ਹੁਣ ਗ੍ਰਿਫਤਾਰ ਕੀਤਾ ਹੈ ਜੀ। ਇਹਦੀ ਪੁੱਛਗਿੱਛ ਦੇ ਵਿੱਚ ਵੀ ਕਈ ਚੀਜ਼ਾਂ ਸਾਹਮਣੇ ਆਈਆਂ ਜਿਹਦੀ ਆਪਾਂ ਅੱਗੇ ਤਫਤੀਸ਼ ਕਰ। ਹੁਣ ਕਿੰਨੇ ਦੋਸ਼ੀ ਰਹਿ ਗਏ ਜੀ ਫੜਨ ਵਾਲੇ? ਐਫ ਆਈ ਆਰ ਦੇ ਵਿੱਚ ਬਾਈ ਨੇਮ ਟੋਟਲ 3 ਦੋਸ਼ੀ ਸੀ ਜੀ, ਜਿਹਦੇ ਵਿੱਚੋਂ 2 ਦੋਸ਼ੀ ਫੜ ਲਏ ਆ ਜੀ, 2 ਕਬਾੜੀਏ ਫੜ ਲਏ ਆ ਜੀ, 1 ਦੋਸ਼ੀ ਜਿਹੜਾ ਹੈਗਾ ਉਹ ਫਰਾਰ ਹੈ ਅਤੇ ਜਿਹੜਾ ਤੀਜਾ ਕਬਾੜੀਆ ਉਹ ਵੀ ਫਰਾਰ ਹੈ। ਇਹਨਾਂ ਨੂੰ ਵੀ ਆਪਾਂ ਜਲਦੀ ਫੜ ਕਬਾੜੀਆਂ ਕੋਲੋਂ ਕੋਈ ਸਮਾਨ ਬਰਾਮਦ ਹੋਇਆ ਜੀ? ਜਿਹੜੇ ਅਸੀਂ ਮੈਂ ਜਿਵੇਂ ਕਿ ਤੁਹਾਨੂੰ ਮੈਂ ਦੱਸਿਆ ਵੀ ਗੁੱਡੂ ਜਿਹੜਾ ਰੈਲ ਮਾਜਰੇ ਦਾ ਇਹਦੇ ਕੋਲੋਂ ਸਕਰੈਪ ਬਰਾਮਦ ਹੋਇਆ ਜੀ ਜਿਹੜਾ ਇਹਨਾਂ ਨੇ ਦੁਕਾਨ ਤੋਂ ਚੋਰੀ ਕਰਕੇ ਵੇਚਿਆ ਸੀ। ਇੱਕ ਜਿਹੜਾ ਸੁਰਿੰਦਰ ਹੈ ਟੌਂਸੇ ਦਾ ਇਹਦੇ ਕੋਲੋਂ ਪੱਖੇ ਜਿਹੜੇ ਹੈਗੇ ਆ ਮੋਟਰਾਂ ਜਿਹੜੀਆਂ ਦੁਕਾਨ 'ਚ ਚੋਰੀ ਹੋਈਆਂ ਸੀ ਉਹ ਇਹਨਾਂ ਪਾਸੋਂ ਜਿਹੜੀ ਬਰਾਮਦ ਕੀਤੀ। ਸਰ ਇਹਦਾ ਮਤਲਬ ਇਹ ਹੈ ਵੀ ਇਹ ਕਬਾੜੀਆਂ ਤੋਂ ਹੋਰ ਲੋਕਾਂ ਤੋਂ ਵੀ ਇਹ ਸਮਾਨ ਖਰੀਦਦੇ ਆ ਜੀ? ਸਾਡੀ ਜਿਹੜੀ ਇਨਵੈਸਟੀਗੇਸ਼ਨ ਹੈ ਜੀ, ਸਾਡੀ ਇਨਵੈਸਟੀਗੇਸ਼ਨ ਦੇ ਵਿੱਚ ਜਿਹੜਾ ਇਹ ਚੋਰੀ ਮੁਤਲਕ ਤਾਂ ਸਾਰਾ ਕੁਛ ਆ ਗਿਆ ਵੀ ਜੋ ਸਮਾਨ ਵੇਚਿਆ ਇਹ ਕਬਾੜੀਆਂ ਨੂੰ ਵੇਚਿਆ ਨੇ ਖਰੀਦਿਆ ਇਹਨਾਂ ਦਾ ਜਿਹੜਾ ਆਪਾਂ ਪੁਲਸਰਮਾਨ ਲੈ ਰਹੇ ਹਾਂ ਜੀ। ਪੁਲਸਰਮਾਨ ਦੇ ਵਿੱਚ ਆਪਾਂ ਹੋਰ ਇਹਨਾਂ ਤੋਂ ਪੁੱਛਗਿੱਛ ਕਰਾਂਗੇ ਵੀ ਪਹਿਲਾਂ ਇਹਨਾਂ ਨੇ ਕਿੰਨਾ ਚੋਰੀ ਦਾ ਸਮਾਨ ਖਰੀਦਿਆ ਕਿਹੜੇ ਕਿਹੜੇ ਬੰਦਿਆਂ ਤੋਂ ਖਰੀਦਿਆ ਉਹਨਾਂ ਨੂੰ ਵੀ ਅੱਗੇ ਜਿਹੜਾ ਹੈ ਖਾਂਗੇ। ਸਰ ਹੋਰ ਵੀ ਕਿਤੇ ਚੋਰੀ ਦੀਆਂ ਵਾਰਦਾਤਾਂ ਮੰਨੇ ਵੀ ਹੋਈ ਕਿਤੇ ਜਿਹੜੇ ਬੰਦੇ ਫੜੇ? ਜਿਹੜੇ ਬੰਦੇ ਆਪਾਂ ਫੜੇ ਆ ਜੀ ਇਹਨਾਂ ਨੇ 1-2 ਵਾਰਦਾਤਾਂ ਹੋਰ ਜਿਹੜੀਆਂ ਹੈਗੀਆਂ ਮੰਨੀਆਂ ਹੈ। ਇੱਕ ਤਾਂ ਬਲਾਚੌਰ ਦੇ ਵਿੱਚ ਇਹਨਾਂ ਨੇ ਇੱਕ ਵਾਰਦਾਤ ਮੰਨੀ ਹੈ ਵੀ ਉੱਥੋਂ ਇਹਨਾਂ ਨੇ ਇੱਕ LCD ਜਿਹੜੀ ਹੈਗੀ ਹੈ ਚੋਰੀ ਕੀਤੀ ਸੀ ਅਤੇ ਕੁਛ ਕੁ 1-2 ਵਾਰਦਾਤਾਂ ਜਿਹੜੀਆਂ ਸਾਡੇ ਏਰੀਆ ਦੇ ਇਹ ਬੰਦੇ ਆ ਉਹਨਾਂ ਦੀ ਆਪਾਂ ਤਫਤੀਸ਼ ਕਰ। ਇੱਕ ਭਰਥਲੇ ਹਰਮੇਸ਼ ਲਾਲ ਇਹਨਾਂ ਦੀ ਬਿਲਡਿੰਗ ਦੀ ਦੁਕਾਨ ਹੈ ਪਿੱਛੇ ਬੀਤੀ ਦਿਨ ਉਹਨਾਂ ਬਿਲਡਿੰਗ ਦੀ ਦੁਕਾਨ ਦੇ ਵਿੱਚ ਕਈ ਟਨ ਜਿਹੜਾ ਇਹਦਾ ਲੋਹਾ ਸਕਰੈਪ ਜਿਹੜਾ ਚੋਰੀ ਹੋ ਗਿਆ ਸੀ ਜਿਹਦੇ ਵਿੱਚ ਅਸੀਂ ਟੋਟਲ ਜਿਹੜੇ 3 ਇਹਦੇ ਵਿੱਚ ਦੋਸ਼ੀ ਨੋਮੀਨੇਟ ਹੋਏ ਆ ਇਹਨਾਂ ਦਾ ਜਿਹੜਾ ਆਪਾਂ ਪੁਲਸਰਮਾਨ ਲੈ ਰਹੇ ਹਾਂ ਜੀ। ਪੁਲਸਰਮਾਨ ਦੇ ਵਿੱਚ ਆਪਾਂ ਹੋਰ ਇਹਨਾਂ ਤੋਂ ਪੁੱਛਗਿੱਛ ਕਰਾਂਗੇ ਵੀ ਪਹਿਲਾਂ ਇਹਨਾਂ ਨੇ ਕਿੰਨਾ ਚੋਰੀ ਦਾ ਸਮਾਨ ਖਰੀਦਿਆ ਕਿਹੜੇ ਕਿਹੜੇ ਬੰਦਿਆਂ ਨੂੰ ਖਰੀਦਿਆ ਉਹਨਾਂ ਨੂੰ ਕਿਸ ਤਰੀਕੇ ਨਾਲ। ਇਹ ਜਿਹੜੇ ਕਈ ਦਿਨ ਦਾ ਚੋਰਾਂ ਵਾਲਾ ਮੁੱਦਾ ਚੱਲ ਰਿਹਾ ਜੀ ਅਤੇ ਇਹ ਤੁਸੀਂ ਚੋਰ ਫੜੇ ਸੀ ਹੁਣ ਇਹ 'ਚ ਨਵੀਂ ਅਪਡੇਟ ਕੀ ਆ ਉਹ ਦੱਸੋ ਜੀ। ਅਪਡੇਟ ਇੱਦਾਂ ਹੈ ਜੀ, ਪਹਿਲਾਂ ਮੈਂ ਤੁਹਾਨੂੰ ਦੱਸ ਦਵਾਂ ਇੱਕ ਭਰਥਲੇ ਹਰਮੇਸ਼ ਲਾਲ ਇਹਨਾਂ ਦੀ ਬਿਲਡਿੰਗ ਦੀ ਦੁਕਾਨ ਹੈ ਪਿੱਛੇ ਬੀਤੀ ਦਿਨ ਉਹਨਾਂ ਦੀ ਬਿਲਡਿੰਗ ਦੀ ਦੁਕਾਨ ਦੇ ਵਿੱਚ ਕਈ ਟਨ ਜਿਹੜਾ ਇਹਦਾ ਲੋਹਾ ਸਕਰੈਪ ਜਿਹੜਾ ਚੋਰੀ ਹੋ ਗਿਆ ਸੀ ਜਿਹਦੇ ਵਿੱਚ ਅਸੀਂ ਟੋਟਲ ਜਿਹੜੇ 3 ਇਹਦੇ ਵਿੱਚ ਦੋਸ਼ੀ ਨੋਮੀਨੇਟ ਹੋਏ ਆ ਗੁਰਨਾਮ ਏਰੀਅਸ ਲੱਡੂ ਇਹ ਚਾਲਾਂ ਦਾ ਹੈ ਜੀ, ਗੁਰਪ੍ਰੀਤ ਪੀਤਾ ਇਹ ਚਾਲਾਂ ਦਾ ਹੈ ਜੀ, ਰਵੀ ਇਹ ਜਿਹੜਾ ਹੈਗਾ ਪਨਾਮ ਥਾਣਾ ਗੜਸ਼ੰਕਰ ਦੇ ਜੀ। ਇਹਦੇ ਵਿੱਚ ਆਪਾਂ ਜਿਹੜੇ ਦੋ ਦੋਸ਼ੀ ਗ੍ਰਿਫਤਾਰ ਕਰਨੇ ਆ ਜੀ ਗੁਰਨਾਮ ਏਰੀਅਸ ਲੱਡੂ ਰਵੀ ਜਿਹੜਾ ਹੈਗਾ ਪਨਾਮ ਦਾ ਇਹ ਦੋਨੋਂ ਦੋਸ਼ੀ ਗ੍ਰਿਫਤਾਰ ਕਰਨੇ ਆ ਜੀ। ਇਹਨਾਂ ਦੀ ਪੁੱਛਗਿੱਛ ਦੇ ਵਿੱਚ ਜਿਹੜੇ ਸਾਡੇ ਕੋਲ 2 3 ਕਬਾੜੀਏ
तीन कुबाड़िया के नाम आए हैं। जो इन्होंने यह लोहा चोरी किया तो अगे जे कुबाड़िए है एक बुद्धू है जी, यह हैगा रैल माजरे का कुबाड़िया, काफ़ी नामी कुबाड़िया है। एक सुरेंद्र हैगा जी, यह हैगा टोंसे का। एक हैगा जी राजू चाला। इन्हों ने फर्द इंशाफ से तिने कुबाड़िए जो नोमीनेट किए गए जी, जिदे दो कुबाड़िए जड़े जिन्हों इन्होंने स्क्रैप दिता सीता तिना जिदे दो कुबाड़िए बुद्धू तो सुरेंद्र अपना यह दोनों जे गिरफ्तार कर ले जी। नवा ये एक जरा दूजा दोषी है रवि, रवि सन ऑफ सेंडी, ये हैगा पनाम का। एक जो आप गिरफ्तार किया जी, ये पूछगिछ के भी कई चीज़ा सामने आई जिंद अगे तफ्तीश कर। हुण किन्ने दोषी रह गए जी फड़न वाले? एफ आई आर दे विच बाय नेम टोटल तीन दोषी सी जी, जिहदे विचों दो दोषी फड़ लिया जी, दो कबाड़िए फड़ लिया जी। एक दोषी जिहड़ा हैगा वह फरार है, तो जिहड़ा तीजा कबाड़िया वह भी फरार है। इन्हां नूं भी आपां जल्द ही फड़ कबाड़ियां कोलों कोई समान बरामद होया जी? जिहड़े असीं मैं जिद्दां जिवें कि तुहानूं मैं दस्सिया कि गुड्डू जिहड़ा रैल माजरे दा है इहदे कोलों स्क्रैप बरामद होया जी, जिहड़ा इन्हां ने दुकान तों चोरी करके वेचिया सी। एक जिहड़ा सुरेंद्र है टोंसे का, इहदे कोलों पखे जिहड़े हैगे आ मोटर जिहड़ियां जिहड़ियां दुकान चों चोरी होईआं सी उह इहनां पासों जिहड़ी बरामद की। सर इहदा मतलब इह है भी इह कुआड़ियां तों होर लोकां तों भी समान खरीददे आ जी? साडी जिहड़ी इनवैसटीगेशन है जी, साडी इनवैसटीगेशन दे विच जिहड़ा इह चोरी मुतलक तां सारा कुछ आ गया भी जो समान वेचिआ इह कुआड़ियां नूं वेचिआ इहनां खरीददा। इन्हों जो आप रिमांड ले रहे हैं जी, पुलिस रिमांड के आप होर इन्हों तो पूछगिछ करा भी पहला इन्होंने किन्ना चोरी का समान खरीदया, किहड़े किहड़े बंदे को खरीदया, उन्होंने भी अभी जो है नोमिनेट किया। सर होर भी कि चोरी दारदाता मन भी कितने जो बंद फड़े? जोड़े बंदे आप फड़े है जी, इन्होंने एक दो वारदाता होर जगिया मनिया है। एक तो बलाचौर इन्होंने एक वारदात मनी है, उतों इन्होंने एक एल सी डी जी है चोरी की। कुछ एक दो वारदात जो साढ़े एरिया बने हैं उन्होंने आप तफ्तीश करें।